ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਅੱਜ ਰੈਸਪੀ ਤਿਆਰ ਕੀਤੀ ਹੈ ਉਹਨਾਂ ਦੋਸਤਾਂ ਵਾਸਤੇ ਜਿਨ੍ਹਾਂ ਦਾ ਤਾਜ਼ਾ ਤਾਜ਼ਾ ਬ੍ਰੇਕਅਪ ਹੋਇਆ, ਜਿਹੜੇ ਸੌਂ ਕੇ ਰਾਤ ਨਹੀਂ ਗੁਜ਼ਾਰਦੇ, ਰੋ ਕੇ ਰਾਤ ਗੁਜ਼ਾਰਦੇ, ਜਿਹੜੇ ਬੱਬੂ ਮਾਨ ਦੇ ਗਾਣੇ ਰਿਪੀਟ ਤੇ ਸੁਣੀ ਜਾਂਦੇ ਆ, ਜਿਹਨਾਂ ਨੂੰ ਨੀਂਦਰਾਂ ਨਹੀਂ ਆਉਂਦੀਆਂ, ਜਿਹਨੂੰ ਖਾਂਦੇ ਸਾਰ ਹੀ ਇਹਨਾਂ ਨੂੰ ਫਟਾਫਟ ਨੀਂਦ ਆ ਜਾਊਗੀ ਤੇ ਉਹਨਾਂ ਨੂੰ ਜ਼ਿਆਦਾ ਮਿਹਨਤ ਕਰਨ ਦੀ ਲੋੜ ਵੀ ਨਹੀਂ ਪੈਣੀ ਬਣਾਉਣ ਵਾਸਤੇ। ਇਹਨੂੰ ਬਣਾਉਣ ਵਾਸਤੇ ਆਪਾਂ ਦੋ ਬ੍ਰੈਡ ਸਲਾਈਸਿਸ ਨੂੰ ਲਾਈਟਲੀ ਕੋਟ ਕਰਾਂਗੇ ਮੇਅਨੀਜ਼ ਦੇ ਨਾਲ, ਉਸ ਤੋਂ ਬਾਅਦ ਚੈਡਰ ਤੇ ਮੋਜ਼ਰੇਲਾ ਮਿਕਸ ਚੀਜ਼ ਪਾਵਾਂਗੇ, ਫਿਰ ਆਪਾਂ ਬਿਲਕੁਲ ਹਲਕੇ ਪਿਆਜ਼ ਪਾ ਦੇਣੇ ਉਹਦੇ ਉੱਤੇ, ਜਿਹਨੂੰ ਕੱਟਦੇ ਟਾਈਮ ਤੁਸੀਂ ਬਿਲਕੁਲ ਨਹੀਂ ਰੋਣਾ। ਫਿਰ ਪਾ ਦੇਵਾਂਗੇ ਚਿਲੀ ਫਲੇਕਸ ਤੇ ਓਰੀਗੈਨੋ, ਜਿਹਦੇ ਪੈਕੇਟ ਮਾਮਾ ਸਾਂਭ-ਸਾਂਭ ਰੱਖਦੀ ਹੈ ਗਹਿਣੇ ਕੱਟਿਆਂ ਤੋਂ ਵੀ ਜ਼ਿਆਦਾ ਜਦੋਂ ਪੀਜ਼ਾ ਡਿਲੀਵਰੀ ਹੁੰਦੀ ਹੈ। ਹੁਣ ਸਟਫਿੰਗ ਨੂੰ ਆਪਾਂ ਸਿਕਿਉਰ ਕਰਾਂਗੇ ਦੂਜੇ ਸਲਾਈਸ ਦੇ ਨਾਲ, ਉਹਦੇ ਉੱਤੇ ਲਾ ਦਾਂਗੇ ਥੋੜਾ ਮਾਰਜਰੀਨ ਜਾਂ ਬਟਰ, ਬਿਕੋਜ਼ ਬ੍ਰੇਕਅਪ ਦੇ ਟਾਈਮ ਨੀਂਦ ਹੋਣੀ ਜ਼ਿਆਦਾ ਇੰਪੋਰਟੈਂਟ ਹੈ, ਹੈਲਥ ਤਾਂ ਕਿਹੜੇ ਭੜੂਏ ਨੇ ਦੇਖਣੀ ਹੈ। ਹੁਣ ਆਪਾਂ ਇਹਨੂੰ ਚੰਗੇ ਗਰਮ ਤਵੇ ਤੇ ਪਾਵਾਂਗੇ ਤੇ ਫਲੇਮ ਨੂੰ ਕਰ ਦਾਂਗੇ ਰਿਡਿਊਸ ਤਾਂ ਕਿ ਇਹ ਚੰਗੀ ਤਰ੍ਹਾਂ ਰੜ ਜਾਵੇ। ਸਿਮਿਲਰਲੀ ਦੂਜੇ ਪਾਸੇ ਵੀ ਆਪਾਂ ਮਾਰਜਰੀਨ ਲਾ ਲਵਾਂਗੇ। ਹੁਣ ਨਾਲ ਹੀ ਧਰ ਲਓ ਘੁੱਟ ਕੇ ਚਾਹ, ਬਿਕੋਜ਼ ਕੱਲੇ ਚੀਜ਼ ਟੋਸਟ ਦੇ ਨਾਲ ਤੁਹਾਡੇ ਕਲੇਜੇ ਦੇ ਸਾੜ ਨੂੰ ਸ਼ਾਂਤੀ ਨਹੀਂ ਮਿਲਣ ਵਾਲੀ, ਬਿਕੋਜ਼ ਸ਼ਾਂਤੀ ਤਾਂ ਤੁਹਾਡੇ ਬੁਲਟ ਨੂੰ ਛੱਡ ਕੇ ਕਿਸੇ ਦੇ ਐਕਟਿਵਾ ਨੂੰ ਪਿਆਰੀ ਹੋ ਗਈ। ਹੁਣ ਇਹਨੂੰ ਖਾਣ ਤੋਂ ਬਾਅਦ ਕੱਲਾ ਤੁਹਾਡਾ ਦਿਲ ਨਹੀਂ ਸੜੂਗਾ, ਤੁਹਾਡੇ ਨਾਲ ਬੈੱਡ ਸ਼ੇਅਰ ਕਰਨ ਵਾਲੇ ਤੁਹਾਡੇ ਦੋਸਤ ਦੇ ਨਾਸਾਂ ਦੇ ਵਾਲ ਵੀ ਸੜਨਗੇ। ਸੋ ਮਿੱਤਰੋ, ਜੇ ਤੁਹਾਡੇ ਵੀ ਫੋਰਚੂਨਰ ਵਰਗੇ ਦੋਸਤ ਨੂੰ ਕੋਈ ਨੈਨੋ ਪਲਟਾ ਗਈ ਤਾਂ ਉਹਦੇ ਨਾਲ ਸ਼ੇਅਰ ਕਰੋ ਰੈਸਪੀ। ਐਂਡ ਥੈਂਕਸ ਫੋਰ ਫੋਲੋਇੰਗ ਸੁੱਖੀ ਪਿਆਰ ਦੀ ਭੁੱਖੀ।